ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਨੈਸ਼ਨਲ ਵਾਲਮੀਕੀ ਸਭਾ ਵੱਲੋਂ ਜਲੰਧਰ ਦੇ ਕੇਐਲ ਸਹਿਗਲ ਮੈਮੋਰੀਅਲ ਹਾਲ 'ਚ 17 ਤਰੀਕ ਤੇ ਨੈਤਵਾਰ ਨੂੰ ਦੂਜਾ ਵਾਰਸ਼ਿਕ ਸਮਾਜ ਰਤਨ ਅਵਾਰਡ ਬੜੀ ਹੀ ਧੂਮਧਾਮ ਤੇ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ, ਜਿਸ 'ਚ ਮੁੱਖ ਮਹਿਮਾਨ ਵਜੋਂ ਹਰਜੀਤ ਮਰਵਾਹਾ ਜੀ ਪਹੁੰਚ ਰਹੇ ਹਨ। ਇਸ ਸਮਾਗਮ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਦਲਿਤ ਆਗੂ ਸੁਭਾਸ਼ ਸੋਂਧੀ, ਰਿਸ਼ੀ ਸੋਂਧੀ, ਰਾਜੀਵ ਗੋਰਾ ਅਤੇ ਸੋਨੂੰ ਹੰਸ ਨੇ ਸਮੂਹ ਇਲਾਕਾ ਨਿਵਾਸੀਆਂ ਨੂੰ ਇਸ ਪ੍ਰੋਗਰਾਮ 'ਚ ਪਹੁੰਚਣ ਦੀ ਅਪੀਲ ਕੀਤੀ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਨੈਸ਼ਨਲ ਵਾਲਮੀਕ ਸਭਾ ਜਿਹੜਾ ਪ੍ਰੋਗਰਾਮ 17 ਤਰੀਕ ਨੂੰ ਕੇਐਸ ਮੈਮੋਰੀਅਲ ਹਾਲ ਦੇ ਵਿੱਚ ਕਰਾ ਰਹੀ ਹੈ, ਸਮਾਜ ਰਤਨ ਅਵਾਰਡ ਇਹਨਾਂ ਨੂੰ ਸਨਮਾਨਿਤ ਕੀਤਾ ਜਾਏਗਾ। ਜਿਹੜੇ ਬੱਚੇ 90 ਦੇ ਉੱਤੇ ਨੰਬਰ ਲੈ ਕੇ ਆ ਗਏ, ਫਸਟ ਆਏ ਆ, ਔਰ ਜਿਹਨਾਂ ਨੇ ਸਕੋਲਰਸ਼ਿਪ ਜਿਹਨਾਂ ਨੂੰ ਮਿਲ ਰਿਹਾ ਹੈ ਉਹਨਾਂ ਨੂੰ, ਔਰ ਜਿਹੜੇ ਉੱਚ ਪੱਧਰੀ ਦੇ ਪੁਲਿਸ ਅਫਸਰ, ਟੀਚਰ, ਹੋਰ ਵੀ ਜਿਹੜੇ ਇਸ ਤਰ੍ਹਾਂ ਦੇ ਕੰਮ ਕਰਦੇ ਨੇ, ਨੈਸ਼ਨਲ ਵਾਲਮੀਕ ਸਭਾ ਇਹਨਾਂ ਨੂੰ ਸਨਮਾਨਿਤ ਕਰ ਰਹੀ ਹੈ। ਔਰ ਖਾਸ ਕਰਕੇ ਮੈਂ ਦੱਸ ਦੇਣਾ ਚਾਹੁੰਦਾ ਕਿ ਸਾਡੇ NRI ਮੇਰੇ ਵੀਰ ਹਰਜੀਤ ਮਰਵਾਹਾ ਜੀ ਖਾਸ ਕਰਕੇ ਇਸ ਪ੍ਰੋਗਰਾਮ ਦੇ ਵਿੱਚ ਆ ਰਹੇ ਨੇ। ਜੈ ਵਾਲਮੀਕੀ ਜੀ, ਹਰਰ ਵਾਲਮੀਕੀ। ਮੈਂ ਨੈਸ਼ਨਲ ਵਾਲਮੀਕੀ ਸਭਾ ਤੋਂ ਸੋਨੂੰ ਹੰਸ, ਚੇਅਰਮੈਨ, ਜੋ ਕਿ ਸਾਡਾ ਦੂਸਰਾ ਸਮਾਜ ਰਤਨ ਅਵਾਰਡ ਪ੍ਰੋਗਰਾਮ ਹੋ ਰਿਹਾ ਕੇਐਸ ਸਹਿਗਲ TV ਸੈਂਟਰ ਦੇ ਸਾਹਮਣੇ, ਜੋ ਕਿ ਸਾਡੇ ਸ਼ਹਿਰ ਦੇ ਵੀ ਕਾਫੀ ਵੀ ਜਥੇਬੰਦੀਆਂ ਆ ਰਹੀਆਂ, ਅਤੇ ਮੈਂ ਬੇਨਤੀ ਕਰਦਾ ਇਹੀ ਸਾਰੇ ਉੱਥੇ ਪ੍ਰੋਗਰਾਮ ਤੋਂ ਪਹੁੰਚੋ। ਜੈ ਵਾਲਮੀਕੀ ਜੀ, ਮੈਂ ਰਿਸ਼ੀ ਸੋਂਧੀ, ਨੈਸ਼ਨਲ ਵਾਲਮੀਕ ਸਭਾ ਤੋਂ ਪ੍ਰਧਾਨ। ਮੈਂ ਸਾਂਝ TV ਦੇ ਮਾਧਿਅਮ ਤੋਂ ਦੱਸਣਾ ਚਾਹਾਂਗਾ ਸਮੁੱਚੇ ਦਰਸ਼ਕਾਂ ਨੂੰ ਕਿ ਨੈਸ਼ਨਲ ਵਾਲਮੀਕ ਸਭਾ ਵੱਲੋਂ ਦੂਸਰਾ ਸਮਾਜ ਰਤਨ ਅਵਾਰਡ ਕਰਾਇਆ ਜਾ ਰਿਹਾ ਵਾ, ਜਿਹਦੇ ਵਿੱਚ ਕਿ ਵਾਲਮੀਕੀ ਸਮਾਜ ਦੇ ਜਿਹੜੇ ਸਮਾਜ ਦਾ ਵਧੀਆ ਕੰਮ ਕਰਦੇ ਆ, ਚਾਹੇ ਉਹ ਸ਼ਿਕਸ਼ਾ ਦੇ ਵਰਗ 'ਚ ਹੋਣ ਜਾਂ ਸਪੋਰਟਸ ਦੇ ਵਰਗ ਦੇ ਵਿੱਚ ਹੋਣ, ਤਾਂ ਜਾਂ ਜਿਹੜੇ ਸੋਸ਼ਲ ਵਰਕ ਕਰਦੇ ਆ, ਸਮਾਜ ਸੇਵਾ ਕਰਦੇ ਆ, ਉਹਨਾਂ ਨੂੰ ਅਸੀਂ ਆਪਣੀ ਸਭਾ ਵੱਲੋਂ ਸਨਮਾਨਿਤ ਕਰਨਾ ਵਾ। ਅਤੇ ਜਿਹੜੇ ਉੱਥੇ ਮੁੱਖ ਅਤਿਥੀ ਹੈਗੇ ਉਹ ਆਪਣੇ ਹਰਜੀਤ ਮਰਵਾਹਾ ਜੀ ਆ UK ਤੋਂ। ਅਤੇ ਮੈਂ ਇਹ ਸਾਂਝ TV ਦੇ ਮਾਧਿਅਮ ਤੋਂ ਸਾਰਿਆਂ ਨੂੰ ਅਪੀਲ ਕਰਦਾ ਵਾਂ ਕਿ ਉੱਥੇ ਪਹੁੰਚ ਕੇ ਪਰਮ ਪਿਤਾ ਪਰਮੇਸ਼ਵਰ ਵਾਲੇ ਮਾਰਾ ਦਾ ਆਸ਼ੀਰਵਾਦ ਪ੍ਰਾਪਤ ਕਰਨ, ਅਤੇ ਇਹਦਾ ਜਿਹੜਾ ਲਾਈਵ ਆਉਣਾ ਵਾ ਉਹ ਸਾਂਝ TV ਦੇ ਮਾਧਿਅਮ ਤੋਂ ਹੋਣਾ ਵਾ। ਮੈਂ ਰਾਜੀਵ ਗੋਰਾ, ਪ੍ਰਧਾਨ ਭਗਵਾਨ ਵਾਲਮੀਕ ਸ਼ਕਤੀ ਕ੍ਰਾਂਤੀ ਸੈਨਾ ਪੰਜਾਬ। ਸਾਰੇ ਹੀ ਪੰਜਾਬ ਵਾਸੀਆਂ ਨੂੰ ਮੈਂ ਅਪੀਲ ਕਰਦਾ ਕਿ ਜਿਹੜਾ ਕਿ 17 ਤਰੀਕ ਦਿਨ ਐਤਵਾਰ, 17 ਨਵੰਬਰ ਦਿਨ ਐਤਵਾਰ, KL ਸਹਿਗਲ ਮੈਮੋਰੀਅਲ ਹਾਲ ਸਾਹਮਣੇ TV ਸੈਂਟਰ ਦੇ ਵਿੱਚ ਦੂਸਰਾ ਸਮਾਜ ਰਤਨ ਅਵਾਰਡ ਜਿਹੜਾ ਕਿ ਨੈਸ਼ਨਲ ਵਾਲਮੀਕ ਸਭਾ ਵੱਲੋਂ ਕੀਤਾ ਜਾ ਰਿਹਾ। ਇਹਦੇ ਵਿੱਚ ਜਿੰਨੇ ਵੀ ਸਾਡੇ ਸਮਾਜ ਦੇ ਬੱਚੇ ਵਧੀਆ ਖੇਡਦੇ ਆ, ਵਧੀਆ ਪੜ੍ਹਦੇ ਆ, ਜੇ ਕੋਈ ਵਧੀਆ ਸਮਾਜ ਦਾ ਕੋਈ ਕੰਮ ਕਰਦਾ ਵਾ, ਉਹਨਾਂ ਨੂੰ ਨੈਸ਼ਨਲ ਵਾਲਮੀਕ ਸਭਾ ਵੱਲੋਂ ਮਾਨ ਸਨਮਾਨ ਦਿੱਤਾ ਜਾਏਗਾ। ਅਤੇ ਸਾਡੇ ਸਪੈਸ਼ਲ ਗੈਸਟ ਜਿਹੜੇ ਕਿ ਹੈਗੇ ਨੇ ਇਹਦੇ ਵਿੱਚ ਹਰਜੀਤ ਮਰਵਾਹ ਜੀ, ਜਿਹੜੇ ਕਿ UK ਤੋਂ ਸਪੈਸ਼ਲ ਤੌਰ 'ਤੇ ਇੱਥੇ ਆ ਰਹੇ ਨੇ। ਅਤੇ ਮੈਂ ਸਾਰੇ ਹੀ ਦੇਸ਼ ਵਾਸੀਆਂ ਨੂੰ ਅਪੀਲ ਕਰਦਾ ਕਿ 17 ਤਰੀਕ ਨੂੰ ਦਿਨ ਐਤਵਾਰ ਹੁੰਮ ਹੁਮਾ ਕੇ KL ਸਹਿਗਲ ਮੈਮੋਰੀਅਲ ਹਾਲ TV ਸੈਂਟਰ ਦੇ ਸਾਹਮਣੇ ਪਹੁੰਚੋ। ਜਿਹੜਾ ਕਿ ਇਹਦਾ ਸਾਰਾ ਪ੍ਰੋਗਰਾਮ ਲਾਈਵ ਹੈਗਾ ਵਾ, ਸਾਂਝ TV 'ਤੇ ਲਾਈਵ ਚੱਲੇਗਾ, ਇਹ ਦੇਸ਼ਾਂ ਵਿਦੇਸ਼ਾਂ ਵਿੱਚ ਬਹਿ ਕੇ ਵੀ ਸਾਡੇ ਜਿੰਨੇ ਵੀ ਸਾਰੇ ਸਮਾਜ ਦੇ ਵੀਰ ਆ ਇਹਨੂੰ ਦੇਖ ਸਕਦੇ ਨੇ। ਨੈਸ਼ਨਲ ਵਾਲਮੀਕੀ ਸਭਾ ਵੱਲੋਂ ਕਰਵਾਏ ਜਾ ਰਹੇ ਇਸ ਪ੍ਰੋਗਰਾਮ 'ਚ ਪ੍ਰਸਿੱਧ ਪੰਜਾਬੀ ਗਾਇਕ ਮਾਸਟਰ ਸਲੀਮ ਅਤੇ ਗਾਇਕਾ ਗਿੰਨੀ ਮਾਹੀ ਨੇ ਵੀ ਸਮੂਹ ਹਲਕਾ ਨਿਵਾਸੀਆਂ ਨੂੰ ਪਹੁੰਚਣ ਦੀ ਅਪੀਲ ਕੀਤੀ। ਵਾਲਮੀਕੀ, ਮੈਂ ਤੁਹਾਡਾ ਆਪਣਾ ਮਾਸਟਰ ਸਲੀਮ, ਅਤੇ ਮੈਨੂੰ ਇਹ ਦੱਸਦੇ ਹੋਏ ਬੜੀ ਖੁਸ਼ੀ ਹੋ ਰਹੀ ਆ ਕਿ ਨੈਸ਼ਨਲ ਵਾਲਮੀਕੀ ਸਭਾ ਵੱਲੋਂ ਬਹੁਤ ਹੀ ਖੂਬਸੂਰਤ, ਬਹੁਤ ਹੀ ਪਿਆਰਾ ਦੂਸਰਾ ਵਾਰਸ਼ਿਕ ਸਮਾਜ ਰਤਨ ਅਵਾਰਡ ਹੋਣ ਜਾ ਰਿਹਾ ਜੀ। 17 ਨਵੰਬਰ 2019 ਦਿਨ ਰਵੀਵਾਰ ਨੂੰ ਸਥਾਨ ਹੈਗਾ KL ਸਹਿਗਲ ਮੈਮੋਰੀਅਲ ਹਾਲ ਸਾਹਮਣੇ TV ਸੈਂਟਰ ਜਲੰਧਰ ਸ਼ਹਿਰ। ਅਤੇ ਸਾਡੇ ਮੁੱਖ ਅਤਿਥੀ ਨੇ ਹਰਜੀਤ ਮਰਵਾਹਾ ਜੀ, ਔਰ ਬਹੁਤ ਸੋਹਣਾ ਇਸ ਫੰਕਸ਼ਨ ਨੂੰ ਜਿਹੜਾ ਆਯੋਜਿਤ ਕਰ ਰਹੇ ਨੇ, ਜਿਹੜਾ ਇਸ ਫੰਕਸ਼ਨ ਨੂੰ ਕਰਵਾ ਰਹੇ ਨੇ, ਉਹਨੇ ਸਾਡੇ ਸੋਨੂੰ ਹੰਸ ਸਾਹਿਬ, ਰਿਸ਼ੀ ਸੋਂਧੀ ਜੀ, ਦੀਪਕ ਨਾਰ ਸਾਹਿਬ ਅਤੇ ਕੀਰਤੀ ਗਿੱਲ, ਮੈਂ ਇਹਨਾਂ ਸਾਰਿਆਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ, ਔਰ ਮਾਲਕ ਇਹਨਾਂ ਨੂੰ ਸਾਰਿਆਂ ਨੂੰ ਬਹੁਤ ਖੁਸ਼ੀਆਂ ਤਰੱਕੀਆਂ ਦੇਵੇ। ਹੈਲੋ ਜੀ, ਸੋ ਮੈਂ ਤੁਹਾਡੀ ਆਪਣੀ ਗਿੰਨੀ ਮਾਹੀ ਇੱਕ ਬਹੁਤ ਵਧੀਆ ਗੁੱਡ ਨਿਊਜ਼ ਤੁਹਾਨੂੰ ਸਭ ਨੂੰ ਦੇਣਾ ਚਾਹੁੰਦੀ ਹਾਂ। ਸਾਰੀ ਸੰਗਤ ਜਾਣ ਕੇ ਬੜੀ ਖੁਸ਼ ਹੋਵੇਗੀ ਕਿ ਨੈਸ਼ਨਲ ਵਾਲਮੀਕੀ ਸਭਾ ਵੱਲੋਂ ਸਤਿਗੁਰ ਵਾਲਮੀਕ ਮਹਾਰਾਜ ਜੀ ਉਹਨਾਂ ਦੇ ਜਿਹੜੇ ਸੰਬੰਧ ਵਿੱਚ ਦੂਸਰਾ ਵਾਰਸ਼ਿਕ ਸਮਾਜ ਰਤਨ ਅਵਾਰਡ ਸਨਮਾਨ ਸਮਾਰੋਹ ਜਿਹੜਾ ਕਿ 17 ਨਵੰਬਰ ਨੂੰ ਜਲੰਧਰ ਵਿਖੇ ਹੀ ਕਰਵਾਇਆ ਜਾ ਰਿਹਾ ਆ, ਔਰ ਜਿੱਥੇ ਕਿ ਮੈਨੂੰ ਵੀ ਐਜ਼ ਅ ਗੈਸਟ ਉੱਥੇ ਆਮੰਤ੍ਰਿਤ ਕੀਤਾ ਗਿਆ ਹੈ। ਸੋ ਮੈਂ ਆਪ ਸਭਨਾਂ ਨੂੰ ਇਹੀ ਕਹਿਣਾ ਚਾਹਾਂਗੀ ਕਿ ਆਓ ਆਪਾਂ ਸਾਰੇ ਰਲ ਮਿਲ ਕੇ ਇਸ ਕਾਰਵਾਂ ਨੂੰ ਅੱਗੇ ਵਧਾਈਏ ਜੀ।
ਭਾਰਤ ਸਰਕਾਰ ਵੱਲੋਂ ਵਿਦੇਸ਼ 'ਚ ਪੜ੍ਹਾਈ ਕਰਨ ਲਈ 1 ਕਰੋੜ ਦੀ ਸਕਾਲਰਸ਼ਿਪ ਲੈਣ ਵਾਲੀ ਰੋਹਿਣੀ ਦਾ ਵੀ ਇਸ ਅਵਾਰਡ ਸ਼ੋਅ 'ਚ ਸਨਮਾਨ ਕੀਤਾ ਜਾਵੇਗਾ। ਮੈਂ ਰੋਹਿਣੀ ਹਾਂਰੀ, ਜੈਸਾ ਕਿ ਆਪ ਸਭੀ ਕੋ ਪਤਾ ਹੈ, ਰੀਸੈਂਟਲੀ ਮੁਝੇ ਭਾਰਤ ਸਰਕਾਰ ਦੁਆਰਾ ਵਿਦੇਸ਼ ਮੇਂ PhD ਕਰਨੇ ਕੇ ਲੀਏ 1 ਕਰੋੜ ਰੁਪਏ ਕੀ ਸਕਾਲਰਸ਼ਿਪ ਮਿਲੀ ਹੈ ਔਰ ਮੈਂ ਬਹੁਤ ਖੁਸ਼ ਹੂੰ ਕਿ ਨੈਸ਼ਨਲ ਵਾਲਮੀਕਿ ਸਭਾ ਦੁਆਰਾ ਆਯੋਜਿਤ ਦੂਸਰਾ ਵਾਰਸ਼ਿਕੀ ਸਮਾਜ ਰਤਨ ਅਵਾਰਡ ਜੋ ਕਿ ਜਲੰਧਰ ਮੇਂ 17 ਨਵੰਬਰ ਕੋ ਹੋ ਰਹਾ ਹੈ, ਮੁਝੇ ਸਨਮਾਨ ਕਰਨੇ ਕੇ ਲੀਏ ਆਮੰਤ੍ਰਿਤ ਕੀਆ ਗਯਾ ਹੈ ਔਰ ਮੈਂ ਕਹੀਂ ਨਾ ਕਹੀਂ ਸ਼ੁਕਰਗੁਜ਼ਾਰ ਹੂੰ ਇਸ ਕਾਰਜਕ੍ਰਮ ਕੇ ਆਯੋਜਕ ਹਰਜੀਤ ਮਰਵਾ ਜੀ, ਸੋਨੂ ਹੰਸ ਜੀ, ਜਿਨ੍ਹੋਂਨੇ ਯੇ ਵੋ ਲੋਗ ਹੈ ਜੋ ਸਮਾਜ ਕੋ ਜੋੜਨਾ ਜਾਣਤੇ ਹੈ, ਸਮਾਜ ਕੇ ਲੀਏ ਕੁਛ ਅੱਛਾ ਕਰਨੇ ਕੀ ਲਲਕ ਹੈ ਔਰ ਇਸ ਤਰ੍ਹਾਂ ਕੇ ਮੰਚ ਹਮ ਸਭ ਹਮਾਰੀ ਸਮਾਜ ਕੀ ਪ੍ਰਤਿਭਾਓ ਕੋ ਕਹੀਂ ਨਾ ਕਹੀਂ ਨਿਖਾਰਤੀ ਹੈ ਔਰ ਪਹਿਚਾਨ ਦਿਲਾਤੀ ਹੈ ਕਿ ਹਮਾਰੇ ਸਮਾਜ ਮੇਂ ਵੀ ਲੋਗ ਕਹੀਂ ਨਾ ਕਹੀਂ ਬਹੁਤ ਅੱਛਾ ਕਰ ਰਹੇ ਹੈ, ਹਮਾਰੇ ਸਮਾਜ ਕਾ ਨਾਮ ਔਰ ਜ਼ਿਆਦਾ ਆਗੇ ਬੜਾ ਰਹੇ ਹੈ। ਜੋ ਇੱਕ ਕਹੀਂ ਨਾ ਕਹੀਂ ਸੋਚ ਥੀ ਕਿ ਵਾਲਮੀਕਿ ਸਮਾਜ ਕੇ ਲੋਗ ਸਿਰਫ ਔਰ ਸਿਰਫ ਕਚਰਾ ਉਠਾਨੇ ਕੇ ਔਰ ਗੰਦਗੀ ਸਾਫ ਕਰਨੇ ਕੇ ਲੀਏ ਜਾਣੇ ਜਾਤੇ ਥੇ, ਲੇਕਿਨ ਇਸ ਤਰ੍ਹਾਂ ਕੇ ਕਾਰਜਕ੍ਰਮੋਂ ਮੇਂ ਹਮੇ ਸਮਝ ਮੇਂ ਆਤਾ ਹੈ ਔਰ ਹਮੇ ਬਹੁਤ ਅੱਛੇ ਸੇ ਪਤਾ ਚਲਤਾ ਹੈ ਕਿ ਹਮਾਰੇ ਸਮਾਜ ਮੇਂ ਵੀ ਅਲਗ ਅਲਗ ਖੇਤਰੋਂ ਮੇਂ ਲੋਗ ਬਹੁਤ ਅੱਛਾ ਕਾਮ ਕਰ ਰਹੇ ਹੈ। ਤੋ ਮੈਂ ਤੋ ਆ ਰਹੀ ਹੂੰ 1500 ਕਿਲੋਮੀਟਰ ਕਾ ਸਫ਼ਰ ਤੈਅ ਕਰਕੇ ਆਪਕੇ ਸ਼ਹਿਰ ਜਲੰਧਰ, ਉਮੀਦ ਕਰੂੰਗੀ ਕਿ ਆਪ ਵੀ ਜ਼ਿਆਦਾ ਸੇ ਜ਼ਿਆਦਾ ਲੋਗ ਉਸ ਕਾਰਜਕ੍ਰਮ ਮੇਂ ਆਏਂਗੇ ਔਰ ਹਮ ਸਭੀ ਮਿਲਕਰ ਕਹੀਂ ਨਾ ਕਹੀਂ ਕੁਛ ਅੱਛਾ ਸਮਾਜ ਕੇ ਲੀਏ ਬੈਠ ਕਰ ਵਿਚਾਰ ਕਰੇਂਗੇ। ਨਵੀਆਂ ਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ YouTube ਚੈਨਲ ਸਬਸਕ੍ਰਾਈਬ ਕਰੋ। ਸਾਂਝ ਟੀਵੀ ਤੇ ਸਿਰਫ ਖਬਰਾਂ ਜਾਣਨ ਦੇ ਲਈ ਨਹੀਂ, ਸੱਭਿਆਚਾਰਕ ਪ੍ਰੋਗਰਾਮ, ਖਾਸ ਮੁਲਾਕਾਤ ਦੇ ਵਿੱਚ ਸੋਸ਼ਲ ਇਸ਼ੂ, ਪੋਲੀਟੀਕਲ ਇਸ਼ੂ, ਇਹਨਾਂ ਸਾਰੇ ਇਸ਼ੂਜ਼ ਨੂੰ ਜਾਣਨ ਦੇ ਲਈ ਸਬਸਕ੍ਰਾਈਬ ਕਰੋ ਆਪਣਾ YouTube ਚੈਨਲ ਸਾਂਝ ਟੀਵੀ।